ਸਾਡੇ ਨਾਲ ਮੌਜੂਦ ਹਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਜੀ ਤੇ ਉਹ ਕਰਦੇ ਉਹਨਾਂ ਨਾਲ ਗੱਲਬਾਤ। ਚੀਮਾ ਜੀ, ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਕੀ ਖਾਸ ਰਣਨੀਤੀ ਅਪਣਾਈ ਜਾਵੇਗੀ ਵੋਟਾਂ ਨੂੰ ਲੈ ਕੇ? ਦੇਖੋ, ਅੱਜ ਪੰਜਾਬ ਦੇ ਲੋਕ ਰਣਨੀਤੀ ਬਣਾ ਰਹੇ ਨੇਗੇ। ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ। ਅੱਜ ਪੰਜਾਬ ਦਾ ਬੱਚਾ ਬੱਚਾ ਜਿਹੜਾ ਹੈਗਾ ਉਹ ਇਸ ਗੱਲ ਲਈ ਜ਼ੋਰ ਲਾ ਰਿਹਾ ਕਿ ਪੰਜਾਬ ਵਿੱਚ ਇੱਕ ਰਾਜਸੀ ਬਦਲ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਆ ਔਰ ਆਮ ਆਦਮੀ ਪਾਰਟੀ ਨੂੰ ਪਿਆਰ ਕਰ ਰਹੇ ਨੇ ਕਿ ਤੁਸੀਂ ਜਾਓ ਜਿੱਥੇ ਵੀ ਅਸੀਂ ਜਾਂਦੇ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਮ ਜਿਹੜੇ ਲੋਕ ਨੇਗੇ ਉਹ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੇ ਨੇਗੇ। ਸੋ ਸਾਨੂੰ ਪੂਰਨ ਆਸਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਬਣਾਊਗੀ। ਪਿਛਲੀ ਵਾਰ ਵੀ ਜੋ ਹੈ ਆਮ ਆਦਮੀ ਪਾਰਟੀ ਨੂੰ ਹੁਲਾਰਾ ਬਹੁਤ ਵੱਡਾ ਸੀ, ਪਰ ਉਹ ਵੋਟਾਂ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਸੀ, ਦੂਜੇ ਨੰਬਰ ਤੇ ਆਏਗੇ, ਇਸ ਵਾਰ ਦੂਜੀ ਵਾਰ ਇਲੈਕਸ਼ਨ ਲੜ ਰਹੇ ਹਾਂ, ਪਹਿਲੇ ਨੰਬਰ ਤੇ ਆਵਾਂਗੇ। ਇਸ ਜੇ ਆਪਾਂ ਗੱਲ ਕਰੀਏ ਦੁਆਬੇ ਦੀ ਤੇ ਖਾਸ ਕਰ ਮਾਝੇ ਦੀ, ਤਾਂ ਉਹਨਾਂ ਰੀਜਨ ਨੂੰ ਲੈ ਕੇ, ਕਿਉਂਕਿ ਮਾਲਵੇ ਦੇ ਵਿੱਚ ਗਤੀਵਿਧੀਆਂ ਬਹੁਤ ਹੁੰਦੀਆਂ ਨੇ ਆਮ ਆਦਮੀ ਪਾਰਟੀ ਦੀਆਂ, ਉਹਨਾਂ ਰੀਜਨ ਦੇ ਵਿੱਚ ਕੀ ਗਤੀਵਿਧੀ ਕੀਤੀ ਹੋਵੇਗੀ? ਬਿਲਕੁਲ, ਮਾਝੇ ਦੇ ਵਿੱਚ ਪਾਰਟੀ ਦਾ ਸੰਗਠਨ ਜਿਹੜਾ ਪਹਿਲਾਂ ਨਾਲੋਂ ਕਿਤੇ ਮਜ਼ਬੂਤ ਆ। ਇਸ ਵਾਰ ਜਿਹੜਾ ਹੈਗਾ ਅਸੀਂ ਮਾਝੇ ਦੇ ਵਿੱਚ ਵੀ ਕਲੀਨ ਸਵੀਪ ਕਰਾਂਗੇ, ਮਾਲਵੇ 'ਚ ਵੀ ਕਰਾਂਗੇ ਔਰ ਦੁਆਬੇ 'ਚ ਵੀ ਕਰਾਂਗੇ। ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਲੀਨ ਸਵੀਪ ਕਰੂਗੀ ਔਰ ਸਰਕਾਰ ਬਣਾਊਗੀ। ਚੋਣਾਂ ਦੀ ਗੱਲ ਕਰੀਏ ਤਾਂ ਫਿਰ ਇਸ ਦੌਰਾਨ ਜੋ ਹੈ ਟਿਕਟਾਂ ਦੀ ਵੰਡ ਹੈ, ਪਿਛਲੀ ਵਾਰੀ ਜੋ ਹੈ ਕਰੀਬ 6 ਮਹੀਨੇ ਪਹਿਲਾਂ ਸ਼ੁਰੂ ਹੋ ਗਈ ਸੀ, ਇਸ ਵਾਰ ਕਦੋਂ ਤੱਕ ਸ਼ੁਰੂ ਹੋ ਜਾਏਗੀ? ਬੜੀ ਜਲਦੀ ਜਿਹੜੀਆਂ ਟਿਕਟਾਂ ਵੀ ਅਨਾਊਂਸ ਕਰ ਦਾਂਗੇ, ਬੜੀ ਜਲਦੀ ਹਲਕਾ ਇੰਚਾਰਜ ਬਣਾ ਰਹੇ ਹਾਂ, ਪਾਰਟੀ ਦਾ ਸੰਗਠਨ ਮਜ਼ਬੂਤ ਕਰ ਰਹੇ ਹਾਂ। ਜਦੋਂ ਪਾਰਟੀ ਦਾ ਸੰਗਠਨ ਮਜ਼ਬੂਤ ਹੋ ਗਿਆ ਤਾਂ ਬਿਲਕੁਲ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਨਾਲ ਲੈ ਕੇ ਇਲੈਕਸ਼ਨ ਲੜੂਗੀ। ਚੋਣ ਮੈਨੀਫੈਸਟੋ ਦੀ ਗੱਲ ਕਰੀਏ ਤਾਂ ਚੋਣ ਮੈਨੀਫੈਸਟੋ ਕਿਵੇਂ ਤਿਆਰ ਕੀਤਾ ਜਾਵੇਗਾ ਆਮ ਆਦਮੀ ਪਾਰਟੀ? ਬੜੀ ਜਲਦੀ ਲੋਕਾਂ ਦੇ ਵਿਚਾਰ ਲੈ ਕੇ, ਲੋਕਾਂ ਨੂੰ ਵਿੱਚ ਸ਼ਾਮਲ ਕਰਕੇ ਚੋਣ ਮੈਨੀਫੈਸਟੋ ਬਣਾਵਾਂਗੇ ਔਰ ਪੰਜਾਬ ਦੇ ਲੋਕਾਂ ਦੀ ਅਸਲੀ ਤਰਜਮਾਨੀ ਕਰਾਂਗੇ। ਇਸ ਹਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਕੰਮ ਕਰ ਰਹੇ ਹਨ ਅਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਜੋ ਮੁੱਦੇ ਜੋ ਹਨ ਉਹ ਤਾਂ ਚੱਕ ਹੀ ਰਹੇ ਹਨ, ਸਾਥ ਦੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਵੀ ਵਿਚਰ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਚੋਣਾਂ ਦੇ ਲਈ ਵੀ ਉਹ ਭਾਵੇਂ ਮਾਝਾ ਹੋਵੇ ਦੁਆਬਾ ਹੋਵੇ, ਹਰ ਪਾਸੇ ਜੋ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ, ਲੋਕਾਂ ਨੂੰ ਉਹਨਾਂ ਦੇ ਨਾਲ ਜੋੜਨ ਦੇ ਲਈ ਇਹਨਾਂ ਵੱਲੋਂ ਜੋ ਹੈ ਤਿਆਰੀ ਵਿੱਢ ਦਿੱਤੀ ਗਈ ਹੈ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਜੋ ਹੈ ਅਗਲੇ ਅੱਗੇ ਕੀ ਜੋ ਹੈ ਲਿਆਉਂਦਾ ਜਾਂਦਾ ਹੈ। ਬਠਿੰਡਾ ਤੋਂ ਕੈਮਰਾਮੈਨ ਗੋਲਡੀ ਦੇ ਨਾਲ ਜਸਪ੍ਰੀਤ ਸਿੰਘ।